ਅਲਤਕ ਸਭ ਕਿਆ ਜਾ ਰਿਹਾ ਤੇ ਕਿ ਤੁਹਾਨੂੰ ਲੱਗਦਾ ਵੀ ਮਾੜਾ ਪ੍ਰਭਾਵ ਜਾ ਰਿਹਾ ਸਿੱਖ ਸੰਗਤਾਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਜਾ ਰਿਹਾ ਹੈ ਪੰਜ ਮੈਂਬਰੀ ਅਸੀਂ ਕਮੇਟੀ ਜਿਹੜੀ ਹੈ ਬਣਾਈ ਹੈ ਉਹ बार-बार ਕਹਿ ਰਹੀ ਹੈ ਕਿ ਭਾਈ ਸਾਹਿਬ ਆਓ ਬੈਠੋ ਆਪਾਂ ਸੰਵਾਦ ਕਰੀਏ ਜਿਹੜੇ ਤੁਹਾਡੇ ਸ਼ੰਕੇ ਦੇ ਤੁਸੀਂ ਸਾਡੇ ਅੱਗੇ ਰੱਖੋ ਤੇ ਜਿਹੜੇ ਸਾਡੇ ਸ਼ੰਕੇ ਹਨ ਉਹਨਾਂ ਦਾ ਜਵਾਬ ਜਿਹੜਾ ਹੈ ਉਹ ਤੁਸੀਂ ਦੇ ਦਿਓ ਕੋਈ ਸਾਡੇ ਸਵਾਲ ਨੇ ਕੋਈ ਤੁਹਾਡੇ ਸਵਾਲ ਨੇ ਤੇ ਜੇ ਅਸੀਂ ਰਲ ਮਿਲ ਕੇ ਬੈਠਾਂਗੇ ਨਹੀਂ ਤੇ ਫਿਰ ਇੱਕ ਦੂਜੇ ਦੇ ਸਵਾਲਾਂ ਦਾ ਅਸੀਂ ਉੱਤਰ ਜਿਹੜਾ ਹੈ ਉਹ ਕਿਵੇਂ ਦੇ ਪਾਵਾਂਗੇ ਕਿਵੇਂ ਅਸੀਂ ਇੱਕ ਦੂਸਰੇ ਨੂੰ ਸੰਤੁਸ਼ਟ ਕਰ ਸਕਾਂਗੇ ਇਸ ਕਰਕੇ ਸੰਵਾਦ ਰਚਾਉਣਾ ਬੈਠਣਾ ਰਲ ਮਿਲ ਕੇ ਇਹ ਬੜੀ ਵੱਡੀ ਜਿਹੜੀ ਹੈ ਅੱਜ ਦੇ ਸਮੇਂ ਦੀ ਲੋੜ ਹੈ ਸੰਵਾਦ ਤੋਂ ਭੱਜਣਾ ਜਿਹੜਾ ਹੈਗਾ ਇਹ ਮੈਂ ਸਮਝਦਾ ਕਿ ਇੱਕ ਅਗਿਆਨਤਾ ਹੈ ਜਾਂ ਅਸੀਂ ਚਾਹੁੰਦੇ ਹਾਂ ਕਿ ਮਸਲਾ ਹੱਲੀ ਨਾ ਹੋਵੇ ਇਸੇ ਤਰ੍ਹਾਂ ਕੌਮਪੰਬਰ ਪੂਸੇ ਦੇ ਵਿੱਚ ਪਈ ਰਹੇ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਦੇ ਨਾਲ ਗੱਲਬਾਤ ਕਰਨ ਤੋਂ ਕੋਈ ਹਿਚਕ ਚਾਹਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਜ ਮੈਮਰੀ ਕਮੇਟੀ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੈਂ ਛੋਟਾ ਹੁਣਾ ਤੇ ਫਿਰ ਜਿਹੜੇ ਵੀਰ ਬੈਠੇ ਨੇ ਉੱਥੇ ਵਿਰੋਧ ਕਰ ਰਹੇ ਐ ਤੇ ਉਹਨਾਂ ਦੇ ਵਿੱਚੋਂ ਪੰਦ ਸਿੰਘ ਜਿਹੜੇ ਆ ਬਲਾ ਲੈਣ ਆਪਣੇ ਕੋਲ ਉਹਨਾਂ ਨਾਲ ਵਿਚਾਰ ਕਰ ਲੈਣ ਸ੍ਰੀ ਅਕਾਲ ਤਖਤ ਸਾਹਿਬ ਤੇ ਜੇ ਬੈਠਣ ਦੇ ਨਾਲ ਮਾਣ ਘਟਦਾ ਸਾਨੂੰ ਲੱਗਦਾ ਕਿ ਸਾਡਾ ਸਤਿਕਾਰ ਘਟਦਾ ਤੇ ਫਿਰ ਉਹਨਾਂ ਚੋਂ ਪੰਦ ਸਿੰਘ ਜਿਹੜੇ ਆ ਬਲਾ ਲੈਣ ਤੇ ਉਹਨਾਂ ਨੂੰ ਪੁੱਛ ਲੈਣ ਕਿ ਦੱਸੋ ਭਾਈ ਤੁਹਾਨੂੰ ਕੀ ਤਕਲੀਫ ਹੈ ਮੇਰੇ ਪ੍ਰਚਾਰ ਤੋਂ ਤੁਹਾਡੇ ਕੀ ਸਵਾਲ ਹੈ ਮੈਂ ਜਵਾਬ ਦਿੰਨਾ ਤੇ ਗੱਲ